ਡਾਕਟਰ ਮਲਹੋਤਰਾ ਸਵੇਰੇ ਮੰਦਰੋਂ ਪਰਤੇ ਤਾਂ ਉਹਨਾਂ ਦੇ ਮਾਤਾ ਜੀ ਦਹਿਲੀਜ਼ 'ਤੇ ਖੜ੍ਹੇ ਸਨ, ਹੱਥ ਵਿੱਚ ਅਖਬਾਰ, ਦਮਕਦਾ ਚਿਹਰਾ ਅਤੇ ਪੂਰੇ ਖੁਸ਼। ਉਹਨਾਂ ਮਾਂ ਨੂੰ ਇੰਨਾ ਖੁਸ਼ ਪਹਿਲੇ ਕਦੇ ਨਹੀਂ ਸੀ ਵੇਖਿਆ। ਝਟਪਟ ਕਾਰ ਖੜ੍ਹੀ ਕਰਕੇ ਆਪਣੀ ਮਾਂ ਵੱਲ ਵਧੇ। ਵੇ ਪੁੱਤ, ਵਧਾਈਆਂ, ਭਗਵਾਨ ਨੇ ਮੇਰੀ ਝੋਲੀ 'ਚ ਬਹੁਤ ਵੱਡੀ ਖੁਸ਼ੀ ਪਾਈ ਹੈ। ਵੇ ਜਿਉਂਦਾ ਰਹੇ ਬੱਚਿਆ, ਕੁਝ ਦੱਸੋ ਵੀ ਕਿਹੜੀ ਖੁਸ਼ੀ ਹੈ ਮੇਰੀ ਮਾਂ ਨੂੰ? ਲੈ, ਜਿਵੇਂ ਪਤਾ ਹੀ ਨਹੀਂ, ਆਪਣੀ ਕਮਲ। ਸਾਹੋ ਸਾਹ ਹੋਈ ਮਾਂ ਨੇ ਪੁੱਤ ਨੂੰ ਫਿਰ ਜੱਫੀ 'ਚ ਲੈ ਲਿਆ। ਵੇ ਪੁੱਤਾ, ਆਪਣੀ ਕਮਲ IAS 'ਚੋਂ ਸੈਕਿੰਡ ਆਈ ਹੈ। ਪੋਤੀ ਦੀ ਪ੍ਰਾਪਤੀ ਉੱਤੇ ਦਾਦੀ ਲਗਭਗ ਚਿਣ ਹੀ ਲੱਗ ਪਈ। ਬੀਜੀ, ਤੁਹਾਨੂੰ ਵੀ ਬਹੁਤ ਵਧਾਈਆਂ, ਸਭ ਤੁਹਾਡੀਆਂ ਅਸੀਸਾਂ ਦਾ ਫਲ ਹੈ। ਡਾਕਟਰ ਅਤੇ ਮਿਸਿਜ ਮਲਹੋਤਰਾ ਮਾਂ ਦੇ ਪੈਰਾਂ ਉੱਤੇ ਝੁੱਕ ਗਏ। ਮਾਂ ਨੇ ਫਿਰ ਪੁੱਤ ਨੂੰ ਜੱਫੀ ਪਾ ਲਈ। ਪੁੱਤਰ ਨੇ ਹੌਲੀ ਜਿਹੀ ਮਾਂ ਦੇ ਕੰਨ ਵਿੱਚ ਕਿਹਾ, ਜਿਸ ਦਿਨ ਕਮਲ ਜੰਮੀ ਸੀ ਉਸ ਦਿਨ ਤਾਂ ਬੀਜੀ ਤੁਸੀਂ ਕਿਹਾ ਸੀ ਕਿ ਬਹੂ ਨੇ ਪੱਥਰ ਜੰਮ ਦਿੱਤਾ, ਯਾਦ ਹੈ? ਮਾਂ ਉਹਨਾਂ ਦੋਨਾਂ ਦਾ ਚਿਹਰਾ ਦੇਖਣ ਲੱਗ ਪਈ ਅਤੇ ਫਿਰ ਬੋਲੀ, ਭਗਵਾਨ ਵੀ ਪਹਿਲਾਂ ਪੱਥਰ ਹੀ ਹੁੰਦਾ, ਉਸਨੂੰ ਘੜ ਤਰਾਸ਼ ਕੇ ਪੂਜਣ ਯੋਗ ਬਣਾ ਲਿਆ ਜਾਂਦਾ।